ਬਾਣੀਆਂ ਕਿਵੇਂ ਆਏ ਹੋਏ ਪੰਜਾਬ 'ਚ? ਕੋਈ ਬਾਣੀਆਂ ਪੰਜਾਬ ਦਾ ਓਰਿਜਨਲ ਨਹੀਂ ਹੈ। ਓਕੇ, ਸਾਰੇ ਰਾਜਸਥਾਨ ਤੋਂ ਆਏ ਮਾਰਵਾੜੀ। ਪੂਰਾ ਬਾਣੀਆਂ ਕਿੱਥੇ ਬੈਠਾ? ਬੰਬੇ ਕਿਵੇਂ ਬੈਠਾ? ਕੈਲਕਟਾ ਕਿਵੇਂ ਬੈਠਾ? ਮੈਡਰਾਸ ਕਿਵੇਂ ਬੈਠਾ? ਗੁਜਰਾਤ ਕਿਵੇਂ ਬੈਠਾ? ਜਿਹੜਾ ਮਾਰਵਾੜੀ ਹੈ। ਅੱਛਾ, ਇਹ ਕਹਿ ਸਕਦੇ ਹਾਂ ਵੀ ਜਿਹੜੀ ਮਾਈਗ੍ਰੇਸ਼ਨ ਇਹ ਚੱਲਦੀ ਰਹਿੰਦੀ ਹੈ, ਇਹ ਪੂਰੀ ਵਰਲਡ 'ਚ ਰੁਕੀ ਹੋਈ ਨਹੀਂ, ਕਦੇ ਨਹੀਂ ਰੁਕੀ। ਬਾਬਾ ਨਾਨਕ ਨੇ ਨਹੀਂ ਕਿਹਾ ਸੀ, ਉੱਜੜ ਜੋ ਲੁਧਿਆਣੇ ਆਏ ਸੀ, ਉਹ ਕਹਿੰਦੇ ਜੀ ਅਸੀਂ ਹਟਾ ਲੈਂਦਾ ਦਰਿਆ ਅਤੇ ਸਾਡੀ ਬਿਜ਼ਨਸ ਨਹੀਂ ਹੈ। ਕਹਿੰਦਾ ਜਿੰਨੇ ਚੰਗੇ ਬੰਦੇ ਉੱਜੜ ਜਾਓ, ਪਾਵੇ ਅਤੇ ਨਿਕਲੋ ਬਾਹਰ। ਓਕੇ, ਵੀ ਜਿੱਥੇ ਜਿੱਥੇ ਜਾਓਗੇ, ਜੋ ਤੁਸੀਂ ਇੱਥੇ ਕਰ ਰਹੇ ਹੋ, ਚੰਗਿਆਈ ਬਣ ਰਹੇ ਹੋ, ਕਿ ਆਪਣਾ ਬਿਜ਼ਨਸ ਜਿਹੜਾ ਆ ਉਹ ਅੱਗੇ ਜਾ ਕੇ ਵੀ ਤੁਸੀਂ ਰਨ ਕਰੋਗੇ। ਬਿਲਕੁਲ, ਤੁਸੀਂ ਗੁਜਰਾਤ 'ਚ ਜਾਓ, ਤੁਹਾਨੂੰ ਕੋਈ ਘਰ ਨਹੀਂ ਮਿਲੂਗਾ ਜਿਹਦੀ ਲੇਡੀ ਘਰ ਬੈਠ ਕੇ ਕੰਮ ਕਰ। 99% ਜਿਵੇਂ ਆਦਮੀ ਬਿਜ਼ਨਸ ਬਾਹਰ ਨਿਕਲਦਾ, ਉਵੇਂ ਤਿਆਰ ਹੋ ਕੇ ਸਵੇਰੇ ਸਾੜੀ ਪਾਣੀ, ਜੁੱਤੀ ਪਾਣੀ, ਮੱਥਾ ਟੇਕਣਾ, ਬਿੰਦੀ ਲਾਣੀ, ਰਿਕਸ਼ਾ 'ਚ ਬੈਠੀ ਹੋ ਗਈ। ਕੋਈ ਕਾਲਜ ਦੀ ਕੰਟੀਨ ਚਲਾ ਰਹੀ ਹੈ, ਕੋਈ ਮਿਠਾਈ ਦੀ ਦੁਕਾਨ ਚਲਾ ਰਹੀ ਹੈ, ਕੋਈ ਰੈਸਟੋਰੈਂਟ ਚਲਾ। ਬਿਜ਼ਨਸ ਮਾਈਂਡਡ ਹੋ ਗਏ, ਸਾਡੇ ਹਾਰਡ ਵਰਕਰ ਹੋ ਗਏ, ਇਸ ਤਰੀਕੇ ਨਾਲ ਇਹ ਜਿਹੜੇ ਨੇ ਇਹ ਬਾਹਰ ਨਿਕਲੇ। ਬਾਹਰ ਪਰ ਜੇ ਕਿਸੇ ਨੂੰ ਇਸ ਤਰੀਕੇ ਦਾ ਖਤਰਾ ਹੋਇਆ, ਵਪਾਰੀ ਵਾਲੀ ਘਟਨਾ ਸੁਣੇਗਾ ਯਾਰ, ਉੱਥੇ ਤੱਕ ਮਿਲਣੇ ਆਉਂਦੇ ਮਾਰ ਨਹੀਂ ਆਉਂਦੇ, ਜੇ ਕੋਠੀਆਂ ਨੱਪਣ ਵਾਲਾ ਫਿਰ ਕੌਣ ਆਊਗਾ? ਜਿੱਥੇ ਇਨਵਾਇਰਮੈਂਟ ਸੇਫ ਹੋਊਗੀ ਜੀ, ਪਹਿਲਾਂ ਤਾਂ ਬੰਦਾ ਉੱਥੇ, ਜਿੱਥੇ ਤੁਹਾਨੂੰ ਸੇਫਟੀ ਨਹੀਂ ਉੱਥੇ। ਬਾਣੀਆਂ ਕਿਵੇਂ ਆਏ ਹੋਏ ਪੰਜਾਬ 'ਚ? ਕੋਈ ਬਾਣੀਆਂ ਪੰਜਾਬ ਦਾ ਓਰਿਜਨਲ ਨਹੀਂ ਹੈ। ਓਕੇ, ਸਾਰੇ ਰਾਜਸਥਾਨ ਤੋਂ ਆਏ ਮਾਰਵਾੜੀ ਹੈ। ਪੂਰਾ ਬਾਣੀਆਂ ਕਿੱਥੇ ਬੈਠਾ? ਬੰਬੇ ਕਿਵੇਂ ਬੈਠਾ? ਕੈਲਕਟਾ ਕਿਵੇਂ ਬੈਠਾ? ਮੈਡਰਾਸ ਕਿਵੇਂ ਬੈਠਾ? ਗੁਜਰਾਤ ਕਿਵੇਂ ਬੈਠਾ? ਜਿਹੜਾ ਮਾਰਵਾੜੀ ਹੈ। ਅੱਛਾ, ਵੀ ਇਹ ਕਹਿ ਸਕਦੇ ਹਾਂ ਵੀ ਜਿਹੜੀ ਮਾਈਗ੍ਰੇਸ਼ਨ ਇਹ ਚੱਲਦੀ ਰਹਿੰਦੀ ਹੈ, ਇਹ ਪੂਰੀ ਵਰਲਡ 'ਚ ਰੁਕੀ ਹੋਈ ਨਹੀਂ, ਕਦੇ ਨਹੀਂ ਰੁਕੀ। ਬਾਬਾ ਨਾਨਕ ਨੇ ਨਹੀਂ ਕਿਹਾ ਸੀ ਉੱਜੜ ਜੋ ਲੁਧਿਆਣੇ ਆਏ ਸੀ, ਉਹ ਕਹਿੰਦੇ ਜੀ ਅਸੀਂ ਹਟਾ ਲੈਂਦਾ ਦਰਿਆ ਅਤੇ ਸਾਡੀ ਬਿਜ਼ਨਸ ਨਹੀਂ ਹੈ। ਕਹਿੰਦਾ ਜਿੰਨੇ ਚੰਗੇ ਬੰਦੇ ਉੱਜੜ ਜੋ, ਪਾਵੇ ਕਿ ਨਿਕਲੋ ਬਾਹਰ। ਓਕੇ, ਵੀ ਜਿੱਥੇ ਜਿੱਥੇ ਜਾਓਗੇ, ਜੋ ਤੁਸੀਂ ਇੱਥੇ ਕਰ ਰਹੇ ਹੋ, ਚੰਗਿਆਈ ਬਣ ਰਹੇ ਹੋ, ਕਿ ਆਪਣਾ ਬਿਜ਼ਨਸ ਜਿਹੜਾ ਆ ਉਹ ਅੱਗੇ ਜਾ ਕੇ ਵੀ ਤੁਸੀਂ ਰਨ ਕਰੋਗੇ। ਬਿਲਕੁਲ, ਤੁਸੀਂ ਆਹ ਸਟੇਬਲ 'ਤੇ ਆਪਾਂ ਕੰਮ ਕਰਦੇ ਹਾਂ, 10 ਬੰਦੇ ਹੈ, ਇਹਦੇ 'ਤੇ ਕੰਮ ਕਰਨਾ ਨਾ। ਜੇ 4 ਨਿਕਲ ਜਾਣਗੇ, ਨਵੀਂ ਟੇਬਲ ਲਾਣਗੇ, ਨਵਾਂ ਅੱਡਾ ਲਾਣਗੇ, ਉਹਨਾਂ 'ਚੋਂ ਅੱਗੇ ਨਿਕਲ ਜਾਣਗੇ, ਅਗਲਾ ਲਾਣਗੇ। ਜਿਹੜੀ ਗਰੋਥ ਹੈ, ਗਰੋਥ ਐਂ ਹੁੰਦੀ ਹੈ, ਜਿੰਨੀ ਦੇਰ ਤੁਸੀਂ ਐਂ ਰਹੋਗੇ ਗਰੋਥ ਨਹੀਂ ਹੋਊਗੀ ਜੀ। ਸੋ ਇਹ ਵਰਲਡ ਦੇ ਦਸਤੂਰ ਹੈ, ਇਹ ਜਾਣਗੇ। ਐਂਡ ਪੰਜਾਬ ਖੇਤੀ ਪ੍ਰਧਾਨ ਸੂਬਾ, ਸਾਡੇ ਮਾਈਨਸ ਨਹੀਂ ਹੈ, ਅਤੇ ਅਸੀਂ ਜਿਓਗ੍ਰਾਫਿਕਲੀ ਜਿਹੜਾ ਸਾਡੀ ਟ੍ਰੇਡ ਹੈ ਹਿਸਟੋਰੀਕਲੀ, ਉਹ ਸਾਰੀ ਦੀ ਸਾਰੀ ਸੀਗੀ ਪਾਕਿਸਤਾਨ ਨਾਲ, ਇਰਾਨ ਨਾਲ, ਅਫਗਾਨਿਸਤਾਨ ਨਾਲ, ਕਾਗਜ਼ਸਤਾਨ ਨਾਲ, ਬਲਖ ਅਤੇ ਬੁਖਾਰਾ ਭੁੱਲ ਗਏ? ਹਾਂ, ਬਲਖ ਬੁਖਾਰੇ ਦਾ ਨਾਮ ਆਮ ਹੀ, ਠੀਕ ਹੈ ਨਾ, ਸੁਣਦੇ ਰਹੇ ਹਾਂ। ਇੱਕੋ ਤਾਜਿਕਸਤਾਨ 'ਚ ਹੈ, ਇੱਕ ਅਫਗਾਨਿਸਤਾਨ 'ਚ ਹੈ, ਠੀਕ ਹੈ। ਇਹ ਜਿਹੜਾ ਸਿਲਕ ਰੂਟ ਸੀ, ਇਹ ਸਿਲਕ ਰੂਟ 'ਤੇ ਇੰਡੀਆ ਦੀ ਟ੍ਰੇਡ ਸੀ, ਉਹਦੇ ਵਿੱਚ ਪੰਜਾਬ ਦਾ ਹਿੱਸਾ ਬਹੁਤ ਸੀ, ਰਾਜਸਥਾਨ ਦਾ ਹਿੱਸਾ ਬਹੁਤ ਸੀ, ਹੁਣ ਉਹ ਕੱਟਤਾ ਬਾਰਡਰ ਨੇ। ਸਾਡੀ ਜਿਹੜੀ ਨੈਚੁਰਲ ਸੀ ਪੋਰਟ ਸੀ ਉਹ ਕਰਾਚੀ ਸੀ, ਹਾਂਜੀ, ਉਹ ਕੱਟੀ ਗਈ। ਸਾਡਾ ਜਿਹੜਾ ਲਿੰਕਸ ਸੀਗਾ ਉਹ ਸਿੰਧ ਘਾਟੀ ਸਿਵਲਾਈਜੇਸ਼ਨ ਨਾਲ ਸੀ, ਹੁਣ ਸਿੰਧ ਘਾਟੀ ਦੀ ਕੋਈ ਗੱਲ ਹੀ ਨਹੀਂ ਕਰਦਾ, ਕਿਉਂਕਿ ਸਿੰਧ ਉੱਧਰ ਚਲੇਗਾ ਪਾਕਿਸਤਾਨ 'ਚ, ਅਸੀਂ ਵੀ ਬਚੇ ਹਾਂ ਪੰਜਾਬੀ ਸਿੰਧ ਘਾਟੀ ਦੇ, ਪੰਜਾਬੀ, ਹਿਮਾਚਲੀ, ਕਸ਼ਮੀਰੀ, ਲੱਦਾਖੀ, ਆਹ ਹਾਂ ਅਸੀਂ ਸਿੰਧ ਘਾਟੀ ਦੇ ਜੀ, ਹਰਿਆਣਾ ਤਾਂ ਹੈ ਨਹੀਂ, ਸਿੰਧ ਘਾਟੀ ਦੇ ਅਸੀਂ ਹੈ। ਹੁਣ ਸਵਾਲ ਕੀ ਹੈ ਕਿ ਜਦ ਇੱਧਰੋਂ ਚੈਲੇਂਜਸ ਬੰਦ ਹੋਏ ਹੈ, ਖੇਤੀ ਹੈ ਨਹੀਂ, ਤਾਂ ਮੈਕਸੀਮਮ ਮਾਈਗ੍ਰੇਸ਼ਨ ਪੰਜਾਬ 'ਚ ਹੋਣੀ ਹੈ, ਕਿਉਂ ਨਹੀਂ ਪੰਜਾਬ 'ਚ ਹੋਊਗੀ? ਜਾਂ ਗੁਜਰਾਤ 'ਚ ਹੋਈ ਹੈ, ਉਹ ਬਿਜ਼ਨਸਮੈਨ ਨੇ ਕੀਤੀ ਹੈ, ਸਾਡੇ ਬਿਜ਼ਨਸਮੈਨ ਨੇ ਨਹੀਂ ਕੀਤੀ ਜੀ, ਸਾਡੇ ਕੀਤੀ ਹੈਗੀ ਸਧਾਰਨ ਲੋਕ। ਨਹੀਂ ਨਹੀਂ, ਪਰ ਸਵਾਲ ਮਨ ਦੇ ਵਿੱਚ ਇਹ ਵੀ ਆ ਰਿਹਾ, ਜਿਵੇਂ ਤੁਸੀਂ ਦੱਸਿਆ ਵੀ ਜਿਹੜੀ ਮਾਈਗ੍ਰੇਸ਼ਨ ਆ ਇਹ ਪੂਰੇ ਵਿਸ਼ਵ ਦੇ ਵਿੱਚ ਹੋ ਰਹੀ ਹੈ, ਪੂਰੇ ਵਿਸ਼ਵ, ਪਰ ਜੇ ਆਪਾਂ ਭਾਰਤ ਦੀ ਗੱਲ ਕਰੀਏ, ਗੁਜਰਾਤੀਆਂ ਨੇ ਪੰਜਾਬੀਆਂ ਨੇ ਜ਼ਿਆਦਾ ਕਿਉਂ ਕੀਤੀ ਹੈ, ਰਾਜਸਥਾਨੀਆਂ ਨੇ ਕਿਉਂ ਘੱਟ ਕੀਤੀ ਹੈ, ਯੂਪੀ ਵਾਲੇ ਨੇ ਕਿਉਂ ਘੱਟ ਕੀਤੀ ਹੈ, ਮੱਧ ਪ੍ਰਦੇਸ਼ ਨੇ ਕਿਉਂ ਘੱਟ ਕੀਤੀ ਹੈ, ਇਹਨਾਂ ਨੇ ਕਿਉਂ ਘੱਟ ਕੀਤੀ ਹੈ, ਅਤੇ ਪੰਜਾਬ ਔਰ ਗੁਜਰਾਤ ਹੀ ਇੱਕ ਨੰਬਰ ਦੇ ਉੱਪਰ ਕਿਉਂ ਰਿਹਾ? ਪੰਜਾਬ ਹੈ ਜਿਹੜਾ, ਪੰਜਾਬ ਦੇ ਤੁਹਾਨੂੰ ਪਹਿਲੀ ਗੱਲ ਦੱਸੀ ਕਿ ਅਸੀਂ ਐਂਟਰਪ੍ਰਾਈਜ਼ਿੰਗ ਬਣੇ ਹਾਂ, ਫੌਜ 'ਚ ਵੀ ਪੰਜਾਬੀ, ਹਰ ਕਿਤੇ ਪੰਜਾਬੀ, ਤੁਹਾਨੂੰ ਕਲਕੱਤੇ ਜਾ ਕੇ ਜੇ ਟੈਕਸੀ ਚਲਾਉਂਦਾ ਪੰਜਾਬੀ, ਜੇ ਟਰੱਕ ਚਲਾਉਂਦਾ ਪੰਜਾਬੀ, ਅਸੀਂ ਬਾਹਰ ਦੇ ਧਰਤੀ 'ਤੇ ਜਾਂਦੇ ਸੰਕੋਚ ਨਹੀਂ ਕਰਦੇ। ਆਦਮੀ ਦੀ ਇੱਕ ਆਦਤ ਹੁੰਦੀ ਹੈ ਕਿ ਆਪਣੇ ਘਰ ਨਾਲ ਜੁੜੇ ਰਹਿਣਾ, ਉਹ ਪੰਜਾਬੀ 'ਚ ਨਹੀਂ ਹੈ, ਨਿਕਲਦਾ। ਪੰਜਾਬੀ ਨੇ ਤਾਂ ਇਸ ਢੰਗ ਨਾਲ ਗਰੋ ਕੀਤਾ, ਗੁਜਰਾਤੀ ਨੇ ਉਹਦੀ ਜਿਹੜੀ ਬਿਜ਼ਨਸ ਸੈਂਸ ਸੀ, ਉਹਦੀ ਬਿਜ਼ਨਸ ਹੈ। ਗੁਜਰਾਤੀ ਕਦੇ ਟੈਕਸੀ ਨਹੀਂ ਚਲਾਉਂਦਾ, ਕਿਤੇ ਪੈਟਰੋਲ ਪੰਪ ਨਹੀਂ ਲਾਉਂਦਾ। ਅੱਛਾ, ਗੁਜਰਾਤੀ ਤੁਹਾਨੂੰ ਮਿਲੂਗਾ ਜਾ ਕੇ, ਤੁਸੀਂ ਸਾਰਾ ਗੁਜਰਾਤੀ ਦੇਖ ਲਓ ਯੂਰਪ 'ਚ, ਅਮੈਰੀਕਾ 'ਚ, ਕੈਨੇਡਾ 'ਚ,
ਉਹਦੇ ਮੋਟੈਲਸ ਮਿਲਣਗੇ ਤੁਹਾਨੂੰ, ਤੁਹਾਨੂੰ ਮਿਠਾਈ ਦੀਆਂ ਦੁਕਾਨਾਂ ਮਿਲਣਗੀਆਂ, ਤੁਹਾਨੂੰ ਇੰਡੀਅਨ ਫੂਡ ਦੀਆਂ ਦੁਕਾਨਾਂ ਮਿਲਣਗੀਆਂ, ਤੁਸੀਂ ਉੱਥੇ ਉਹਨਾਂ ਦੀਆਂ ਚੰਗੀਆਂ ਬਿਜ਼ਨਸ ਟ੍ਰੇਡਸ ਚਲਾਉਂਦੇ ਮਿਲਣਗੇ। ਪੰਜਾਬੀ ਕੀ ਮਿਲਣਗੇ? ਪੰਜਾਬੀ ਮਿਲਣਗੇ ਜਿਹਨਾਂ ਦੇ ਪੈਟਰੋਲ ਪੰਪਸ ਹੈ, ਪੰਜਾਬੀ ਮਿਲਣਗੇ ਜਿਹਨਾਂ ਦੇ ਖੇਤ ਵੱਡੇ ਵੱਡੇ ਹੈ, ਦੋ ਦੋ ਤਿੰਨ ਤਿੰਨ ਪੰਜ ਪੰਜ ਹਜ਼ਾਰ ਹਜ਼ਾਰ ਦੇ। ਸੋ ਉਹ ਜਿਹੜੀ ਬੈਕਗਰਾਊਂਡ ਸੀ, ਫਿਰ ਇੱਕ ਉਹ ਪੰਜਾਬੀ ਗਿਆ ਜਿਹੜਾ ਐਜੂਕੇਟਡ ਸੀ, ਜਿਹੜੀਆਂ ਇੰਜੀਨੀਅਰਿੰਗ ਕਾਲਜ ਆ ਜਿਹੜਾ ਲੁਧਿਆਣੇ ਦਾ, ਇਸ ਨੇ ਪੂਰੀ ਵਰਲਡ 'ਚ ਪੰਜਾਬੀ ਭੇਜੇ ਹੈ। ਅੱਛਾ, ਲੁਧਿਆਣੇ ਵਾਲਾ ਜਿਹੜਾ ਇਕੱਲਾ ਇੰਜੀਨੀਅਰਿੰਗ ਕਾਲਜ, ਗੁਰੂ ਨਾਨਕ ਇੰਜੀਨੀਅਰਿੰਗ, ਤੁਸੀਂ ਵਰਲਡ ਦਾ ਕੋਈ ਸ਼ਹਿਰ ਨਹੀਂ ਹੈ ਉੱਥੇ ਉਂਗਲੀ ਲਾ ਦਿਓ ਜਿੱਥੇ ਇਸ ਕਾਲਜ ਦਾ ਪੰਜਾਬੀ ਨਾ ਬੈਠਾ ਹੋਵੇ, ਜਿਹੜਾ ਐਸ ਸੀ ਪੀ ਸੀ ਦੇ ਇੰਜੀਨੀਅਰਿੰਗ ਕਾਲਜ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਉਂਗਲੀ ਉਂਗਲੀ ਲਾ ਦਿਓ ਤੁਸੀਂ, ਉਹ ਨਹੀਂ ਮਿਲੂਗਾ। ਗੁੱਜਰਵਾਲ ਸਕੂਲ ਅੰਗਰੇਜ਼ਾਂ ਨੇ ਸ਼ੁਰੂ ਕੀਤਾ, ਗੁੱਜਰਵਾਲ ਸਕੂਲ ਦੇ ਦਸਵੀਂ ਕਰ ਕਰ ਬੰਦੇ ਬਾਹਰ ਗਏ, ਪੂਰਾ ਇੰਗਲੈਂਡ ਗੁੱਜਰਵਾਲੀਆਂ ਦਾ ਮਿਲੂਗਾ ਤੁਹਾਨੂੰ, ਜਿਹੜੇ ਗੁੱਜਰਵਾਲ ਸਕੂਲ ਤੋਂ ਪੜ੍ਹ ਕੇ ਗਏ ਪੂਰੇ ਇਸ ਏਰੀਏ ਦੇ। ਇਹ ਐਜੂਕੇਸ਼ਨ ਵੀ ਇੱਕ ਜਹਾਜ਼ ਹੈ, ਇਹ ਵੀ ਲੈ ਕੇ ਜਾਂਦਾ। ਪਰ ਗੁਜਰਾਤੀ ਬਿਜ਼ਨਸ 'ਚ ਕਿੰਨੀਆਂ ਪੰਜਾਬੀ ਦੀਆਂ ਲੇਡੀਜ਼ ਹੈ ਹੁਣ ਆਉਣ ਲੱਗੀਆਂ ਐਂਟਰਪ੍ਰੀਨਿਓਰਸ, ਕਿੰਨੀਆਂ ਕੁ ਲੇਡੀਜ਼ ਹੈ ਜਿਹੜੀਆਂ ਬਿਜ਼ਨਸ 'ਚ? ਵੈਰੀ ਫਿਊ। ਤੁਸੀਂ ਗੁਜਰਾਤ 'ਚ ਜਾਓ, ਤੁਹਾਨੂੰ ਕੋਈ ਘਰ ਨਹੀਂ ਮਿਲੂਗਾ ਜਿਹਦੀ ਲੇਡੀ ਘਰ ਬੈਠ ਕੇ ਕੰਮ ਕਰਦੀ ਹੈ। 99% ਜਿਵੇਂ ਆਦਮੀ ਬਿਜ਼ਨਸ 'ਚ ਬਾਹਰ ਨਿਕਲਦਾ, ਉਵੇਂ ਤਿਆਰ ਹੋ ਕੇ ਸਵੇਰੇ ਸਾੜੀ ਪਾਣੀ, ਜੁੱਤੀ ਪਾਣੀ, ਮੱਥਾ ਟੇਕਣਾ, ਬਿੰਦੀ ਲਾਣੀ, ਰਿਕਸ਼ਾ 'ਚ ਬੈਠੀ ਹੋ ਗਈ। ਕੋਈ ਕਾਲਜ ਦੀ ਕੰਟੀਨ ਚਲਾ ਰਹੀ ਹੈ, ਕੋਈ ਮਿਠਾਈ ਦੀ ਦੁਕਾਨ ਚਲਾ ਰਹੀ ਹੈ, ਕੋਈ ਰੈਸਟੋਰੈਂਟ ਚਲਾ ਰਹੀ ਹੈ। ਬਿਜ਼ਨਸ ਮਾਈਂਡਡ ਹੋ ਗਏ, ਸਾਡੇ ਹਾਰਡ ਵਰਕਰ ਹੋ ਗਏ, ਇਸ ਤਰੀਕੇ ਨਾਲ ਇਹ ਜਿਹੜੇ ਨੇ ਇਹ ਬਾਹਰ ਨਿਕਲੇ, ਬਾਹਰ ਨਿਕਲੇ। ਹੁਣ ਯੂਪੀ ਦੇ ਵੀ ਨਿਕਲਣੇ ਸ਼ੁਰੂ ਹੋ ਜਾਂਦੇ। ਦੇਖੋ, ਹੁਣ ਜਦ ਐਜੂਕੇਸ਼ਨ ਦਾ ਇਨਫਲਕਸ ਆਇਆ, ਹੁਣ ਇਨਫਲਕਸ ਆਇਆ, ਅੱਜ ਦੀ ਡੇਟ ਦੇ ਵਿੱਚ ਜਿੰਨੇ IAS 'ਚ ਬੰਦੇ ਤੁਹਾਡੇ ਬਿਹਾਰ ਅਤੇ ਈਸਟਰਨ ਯੂਪੀ ਦੇ, ਕਿਸੇ ਦੇ ਨਹੀਂ ਆ ਰਹੇ, ਬਿਕੋਜ਼ ਉਹਨਾਂ 'ਚ ਹੁਣ ਜਾਗਰਤੀ ਆਈ ਹੈ। ਹੁਣ ਉਹ ਵੀ ਨਿਕਲਣੇ ਸ਼ੁਰੂ ਹੋ ਗਏ, ਉਹ ਵੀ ਉੱਠਣੇ ਸ਼ੁਰੂ ਹੋ ਗਏ। ਅਸੀਂ ਪਹਿਲਾਂ ਐਗਰੀਕਲਚਰ ਡੋਮੀਨੀਅਸ ਦੇ ਕਰਕੇ ਅਸੀਂ ਤਕੜੇ ਸੀ, ਗੁਜਰਾਤੀ ਬਿਜ਼ਨਸ ਕਰਕੇ ਤਕੜੇ ਸੀ, ਮਹਾਰਾਸ਼ਟਰ ਦੀ ਜਿਹੜੀ ਇਕੋਨਮੀ ਸੀ ਸਾਰੀ ਗੁਜਰਾਤੀਆਂ ਕਰਕੇ ਸੀ। ਜਦ ਉਹ ਹੋਇਆ ਨਾ ਨਾਰਾ ਲੱਗਿਆ, ਜਦ ਗੁਜਰਾਤ ਅਲੱਗ ਹੋਇਆ ਤਾਂ ਮਰਾਠਿਆਂ ਨੇ ਨਾਰਾ ਲਾਇਆ ਮੁੰਬਈ ਆਮਚੀ, ਕਿ ਮੁੰਬਈ ਸਾਡੀ ਹੈ, ਅਤੇ ਗੁਜਰਾਤੀਆਂ ਨੇ ਨਾਰਾ ਲਾਇਆ ਮੁੰਬਈ ਆਮਚੀ ਬਰਤਨ ਘਿਸੋ ਤਾਮਚੀ, ਕਿ ਭਾਂਡੇ ਤਾਂ ਸਾਡੇ ਹੀ ਮਾਂਜਣੇ। ਹਾਂ, ਅੱਛਾ ਇਹ ਗੱਲ ਕਹਿਤੀ। ਹਾਂ ਹਾਂ, ਬਿਕੋਜ਼ ਮਰਾਠੇ ਜਿੰਨੇ ਸੀ, ਅੱਜ ਵੀ ਮਰਾਠੇ ਇੰਨੇ ਬਿਜ਼ਨਸ ਮਾਈਂਡਡ ਨਹੀਂ, ਉਹ ਵੀ ਐਗਰੀਕਲਚਰਿਸਟ ਹੈ। ਮਰਾਠੇ ਅਤੇ ਪੰਜਾਬੀਆਂ ਨੂੰ ਜੋੜ ਲਓ, ਬਹੁਤ ਕੋਮਨ ਚੀਜ਼ਾਂ, ਘਿਓ, ਮੱਖਣ, ਗੰਢੇ ਖਾਣੇ, ਸਭ ਉਵੇਂ ਵਿਵਹਾਰ, ਤੱਕਾ ਮੁੱਕਾ। ਜਿਹੜੀ ਹਿੰਦੁਸਤਾਨ 'ਚ ਸਭ ਤੋਂ ਵੱਧ ਰਜਿਸਟੈਂਸ ਮਿਲੀ ਆ ਮੁਗਲਾਂ ਨੂੰ, ਸਾਰੇ ਮਰਾਠਿਆਂ ਤੋਂ ਮਿਲੀ ਹੈ, ਪੰਜਾਬੀਆਂ ਤਾਂ ਦਿੱਤੀ ਨਹੀਂ, ਅਸੀਂ ਤਾਂ ਗੇਟਵੇ ਸੀ ਨਾ, ਅੱਜ ਤਾਂ ਕਹਿੰਦੇ ਲੰਘ ਜਾਓ ਵਾਪਸ ਲੁੱਟਾਂਗੇ। ਸੋ ਇਹ ਜਿਹੜੀ ਮਾਈਗ੍ਰੇਸ਼ਨ ਹੈ ਇਹ ਹੋਣੀ ਹੋਣੀ ਹੈ। ਐਂਡ ਜੇ ਇੰਡੀਆ ਗਰੋ ਕਰਦਾ ਤਾਂ ਜਿਹੜੇ ਸਕਸੈਸਫੁਲ ਇੰਡੀਅਨਸ ਬਾਹਰ ਬੈਠੇ ਹੈ, ਜਿਹਨਾਂ ਕੋਲ ਸਫੀਸ਼ੀਐਂਟ ਮਨੀ ਹੈ, ਉਹ ਇੰਡੀਆ ਕਿਉਂ ਨਹੀਂ ਆਉਣਗੇ ਆਉਣਗੇ? ਇਹੋ ਜਿਹੇ ਅਮੈਰੀਕਨਸ ਬੈਠੇ, ਇਕੱਲੇ ਅਮੈਰੀਕਾ 'ਚ। ਪਰ ਜੇ ਮੰਨ ਲਓ, ਇੱਕ ਤੁਸੀਂ ਗੱਲ ਕੀਤੀ ਹੈ ਇੰਡੀਆ ਆਉਣਗੇ, ਪਰ ਜੇ ਕਿਸੇ ਨੂੰ ਇਸ ਤਰੀਕੇ ਦਾ ਖਤਰਾ ਹੋਇਆ, ਵਪਾਰੀ ਵਾਲੀ ਘਟਨਾ ਸੁਣੇਗਾ ਯਾਰ, ਉੱਥੇ ਤੇ ਇੱਕ ਮਿੰਟ ਨਹੀਂ ਆਉਂਦੇ ਮਾਰਨ ਵਾਲੇ, ਨਹੀਂ ਆਉਂਦੇ ਜੇ ਕੋਠੀਆਂ ਨੱਪਣ ਵਾਲਾ, ਫਿਰ ਕੌਣ ਆਊਗਾ? ਜਿੱਥੇ ਇਨਵਾਇਰਮੈਂਟ ਸੇਫ ਹੋਊਗੀ ਜੀ, ਪਹਿਲਾਂ ਤਾਂ ਬੰਦਾ ਉੱਥੇ ਜਾਊਗਾ। ਜਿੱਥੇ ਤੁਹਾਨੂੰ ਸੇਫਟੀ ਨਹੀਂ ਉੱਥੇ ਨਹੀਂ ਆਊਗਾ।